ਕੰਗਣਾ ਰਣੌਤ ਜਿਹੜੀ ਨਵੀਂ ਫਿਲਮ ਆ ਰਹੀ ਹੈ ਐਮਰਜੈਂਸੀ, ਉਹਦੇ ਕਰਕੇ ਪੁਤਲਾ ਫੂਕਿਆ ਗਿਆ ਜੀ। ਕਿਉਂ? ਇਹ ਨੌਜਵਾਨ ਮਾਤਾ ਗੁਜਰੀ ਕਾਲਜ ਦੇ ਜਿਹੜੇ ਸਮੂਹ ਵਿਦਿਆਰਥੀ ਨੇ, ਨੌਜਵਾਨ ਨੇ, ਉਹਨਾਂ ਵੱਲੋਂ ਫੂਕਿਆ ਗਿਆ ਕਿਉਂਕਿ ਉਹਦੇ ਵਿੱਚ ਜਿਹੜੀ ਗਲਤ ਜਾਣਕਾਰੀ ਆ ਉਹ ਸਿੱਖਾਂ ਪ੍ਰਤੀ ਦਿੱਤੀ ਗਈ ਹੈ। ਕਿਉਂਕਿ ਜਿਹੜਾ ਉਦੋਂ ਮੋਰਚਾ ਲੱਗਿਆ ਸੀ ਉਹ ਧਰਮ ਯੁੱਧ ਮੋਰਚਾ ਦੋ ਕਾਰਨਾਂ ਕਰਕੇ ਲੱਗਿਆ ਸੀ। ਉਹਦੇ ਵਿੱਚ ਦੂਸਰਾ ਬਣ ਇਹ ਸੀ ਕਿ ਇਹਨਾਂ ਦੀਆਂ ਦੁਕਾਨਾਂ ਦਾ ਜਿਹੜਾ ਟੈਕਸ ਹੈ ਉਹ ਮਾਫ਼ ਕੀਤਾ ਜਾਵੇ ਅਤੇ ਜਿਹੜੇ ਪੰਜਾਬ ਦੇ ਕਿਸਾਨ ਨੇ ਉਹਨਾਂ ਨੂੰ ਸਹੀ ਫਸਲਾਂ ਦਾ ਮੁੱਲ ਦਿੱਤਾ ਜਾਵੇ। ਪਰ ਉੱਥੇ ਸਿੱਖਾਂ ਨੂੰ ਅੱਤਵਾਦੀ ਬਣਾ ਕੇ ਪੇਸ਼ ਕੀਤਾ ਗਿਆ, ਜੋ ਕਿ ਗਲਤ ਗੱਲ ਹੈ। ਸੋ ਇਸ ਕਰਕੇ ਜਿਹੜਾ ਸਿੱਖਾਂ ਦੀ ਕਰਤਾਰਪੁਸ਼ੀ ਕੀਤੀ ਗਈ ਹੈ ਕੰਗਣਾ ਦੇ ਵੱਲੋਂ, ਇਸ ਦਾ ਵਿਰੋਧ ਕੀਤਾ ਗਿਆ ਪੁਤਲਾ ਫੂਕ। ਅਤੇ ਦੂਜੀ ਗੱਲ ਇਹ ਹੈ, ਮੰਨ ਲਓ ਹੁਣ ਕਿਸਾਨ ਹੈ ਕੋਈ, ਉਹਦੀ ਫਸਲ 'ਚ ਜਦੋਂ 12 ਪਸ਼ੂ ਵੜਦੇ ਨੇ, ਜੇ ਉਹਦਾ ਉਹਨਾਂ ਨੂੰ ਨਾ ਕੱਢੇ ਤਾਂ ਉਹਦੀ ਫਸਲ ਖਰਾਬ ਹੋ ਜਾਂਦੀ ਹੈ। ਐਵੇਂ ਕੰਗਣਾ ਰਣੌਤ ਸਿੱਖਾਂ ਦੀ ਕਰਤਾਰਪੁਸ਼ੀ ਕਰ ਰਹੀ ਹੈ। ਜੇ ਅਸੀਂ ਇਹਦਾ ਵਿਰੋਧ ਨਾ ਕਰਾਂਗੇ ਸਾਡੀ ਕਰਤਾਰ ਰੂਪੀ ਫਸਲ ਨੂੰ ਖਰਾਬ ਕਰ ਦੂਗੀ। ਸੋ ਇਸ ਕਰਕੇ ਇਸ ਫਿਲਮ ਦਾ ਵਿਰੋਧ ਕਰ ਰਹੇ ਹਾਂ। ਸਰਕਾਰ ਨੂੰ ਵੀ ਅਪੀਲ ਹੈ ਕਿ ਇਸ ਫਿਲਮ ਨੂੰ ਬੈਨ ਕੀਤਾ ਜਾਵੇ। ਸੋ ਬਾਕੀ ਮੇਰੇ ਵੀਰ ਨੇ ਉਹ ਦੋ ਚਾਰ ਗੱਲਾਂ ਦੱਸਣਗੇ। ਭਾਅ ਜੀ ਗੱਲ ਇਹ ਆ ਜੀ, ਇਹ ਸਾਨੂੰ ਇਸ ਕੀ ਆ, ਮੇਰਾ ਨਾਮ ਗੁਲਾਬ ਸਿੰਘ ਹੈ ਜੀ, ਪਿੰਡ ਮੰਡੋਪਲ ਹੈ, ਜ਼ਿਲ੍ਹਾ ਫਤਿਹਗੜ੍ਹ ਸਾਹਿਬ। ਅੱਜ ਦਾ ਜੋ ਪ੍ਰੋਟੈਸਟ ਹੈ ਇਹਦਾ ਕੀ ਕਾਰਨ? ਇਸ ਦਾ ਕਾਰਨ ਇਹ ਹੈ ਜੀ, ਜੋ ਕੰਗਣਾ ਰਣੌਤ ਦੀ ਐਮਰਜੈਂਸੀ ਪਿਕਚਰ ਆ ਰਹੀ ਹੈ ਜੀ, ਉਹਦੇ ਵਿੱਚ ਸਿੱਖਾਂ ਦਾ ਕਿਰਦਾਰ ਇਹਨਾਂ ਨੇ ਗਲਤ ਤਰੀਕੇ ਨਾਲ ਪੇਸ਼ ਕੀਤਾ ਗਿਆ ਜੀ। ਸਿੱਖਾਂ ਨੂੰ ਅੱਤਵਾਦੀ ਵੱਖਵਾਦੀ ਕਰਾਰ ਦਿੱਤਾ ਗਿਆ ਜੀ। ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੂੰ ਗਲਤ ਸਾਬਤ ਕਰਨ ਵਾਸਤੇ ਇਹਨਾਂ ਨੇ ਉਹਦੇ ਵਿੱਚ ਇੱਕ ਉਸ ਬੰਦੇ ਦਾ ਰੋਲ ਲਿਆ ਜਿਸ ਦੇ ਸਿਰ 'ਤੇ ਕੋਈ ਵਾਵ ਨਹੀਂ, ਅਤੇ ਸਿੱਖ ਕਦੇ ਵੀ ਇਹ ਚੀਜ਼ ਨੂੰ ਬਰਦਾਸ਼ਤ ਨਹੀਂ ਕਰਨਗੇ ਜਦੋਂ ਸਾਡੇ ਹੀ ਪੰਜਾਬ ਦੇ ਵਿੱਚ ਸਾਨੂੰ ਹੀ ਬਦਨਾਮ ਕਰ ਦਿੱਤਾ ਜਾਂਦਾ ਜੀ। ਸਿੱਖ ਅਤੇ ਹਿੰਦੂਆਂ ਦੇ ਵਿੱਚ ਇਹਨਾਂ ਨੇ ਪਾੜਾ ਪਵਾ ਕੇ ਇਹਨਾਂ ਨੇ ਦੰਗੇ ਕਰਵਾਉਣੇ ਨੇ, ਹੋਰ ਕੋਈ ਨਹੀਂ ਜੀ ਸਰਕਾਰ ਦੀ ਮਨਸ਼ਾ ਹੈਗੀ। ਪੰਜਾਬ ਕਦੇ ਨਾ ਵੱਖ ਸੀ ਨਾ ਵੱਖ ਹੋਏਗਾ, ਅਤੇ ਨਾ ਪੰਜਾਬ ਨੂੰ ਕੋਈ ਹਰਾਉਣ ਵਾਲਾ ਜੰਮਿਆ ਅਤੇ ਨਾ ਪੰਜਾਬ ਅੱਜ ਤੱਕ ਹਾਰਿਆ ਜੀ। ਕਿਰਪਾ ਸਾਡੇ ਗੁਰੂ ਸਾਹਿਬ ਦੀ ਬਹੁਤ ਹੈ ਜੀ, ਅਸੀਂ ਇਹਨਾਂ ਤੋਂ ਲੈਣਾ ਕੀ ਹੈ ਜੀ? ਇਹ ਜੇ ਹਿੰਦੂ ਰਾਸ਼ਟਰ ਦੀ ਇਹ ਮੰਗ ਕਰਦੇ ਆ ਤਾਂ ਅਸੀਂ ਖਾਲਿਸਤਾਨ ਦੀ ਮੰਗ ਕਰਦੇ ਹਾਂ, ਤਾਂ ਇਹ ਕੀ ਮਤਲਬ ਹੋਇਆ ਵੀ ਅਸੀਂ ਗਲਤ ਹੋ ਗਏ ਜੀ? ਅੱਜ ਤੱਕ ਸੰਤਾਂ ਨੇ ਕਦੇ ਵੀ ਇਹ ਨਹੀਂ ਕਿਹਾ ਹੈਗਾ। ਅਨੰਦਪੁਰ ਸਾਹਿਬ ਦਾ ਮਤਾ ਪੜ੍ਹ ਲਿਓ ਜੀ, ਅਨੰਦਪੁਰ ਸਾਹਿਬ ਦੇ ਮਤੇ ਦੇ ਵਿੱਚ ਜਿੰਨੀਆਂ ਫੈਸਿਲਿਟੀਆਂ ਸਿੱਖਾਂ ਵਾਸਤੇ ਸੀ ਉਨੀਆਂ ਹਿੰਦੂਆਂ ਵਾਸਤੇ ਸੀ, ਕਦੇ ਸਿੱਖਾਂ ਦੇ ਵਾਸਤੇ ਇਹਨਾਂ ਨੇ ਕੁਛ ਨਹੀਂ ਸੋਚਿਆ ਜੀ। ਠੀਕ।